ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਤੇ ਉਹਦੇ ਵਿੱਚ ਸਾਫ ਤੌਰ ਤੇ ਦਿਖਾਈ ਦਿੰਦਾ ਆ ਕਿ ਕਿਸ ਤਰ੍ਹਾਂ ਕੁਛ ਮੁੰਡੇ ਜਾਂ ਗੁੰਡੇ ਕਹਿ ਲਓ ਉਹ ਬੇਕਿਰਕੀ ਦੇ ਨਾਲ ਇਸ ਮੁੰਡੇ ਨੂੰ ਕੁੱਟਣ ਡਏ ਆ ਤੇ ਹੱਥ ਪੈਰ ਵੀ ਰੱਸੀ ਦੇ ਨਾਲ ਬੰਨੇ ਆ ਤੇ ਬਹੁਤ ਡੰਡੇ ਮਾਰਦੇ ਆ, ਲੱਤਾਂ ਘਸੁਨਾਂ ਦੇ ਨਾਲ ਕੁੱਟਦੇ ਆ। ਇਸ ਮਾਮਲੇ ਦੇ ਵਿੱਚ ਹੁਣ ਅਪਡੇਟ ਜਿਹੜੀ ਸੀ ਕਿ ਕਮੈਂਟ ਨੇ ਕੀਤੀ ਆ ਉਹ ਇਹ ਆ ਕਿ ਚਾਰ ਲੋਕਾਂ ਦੀ ਗ੍ਰਿਫਤਾਰੀ ਹੋ ਗਈ, ਚਾਰ ਦੋਸ਼ੀ ਆ ਜਿਹੜੇ ਉਹ ਫੜ ਲਏ ਗਏ ਆ। ਤੇ ਮਾਮਲਾ ਜਿਹੜਾ ਉਹ ਪੁਲਿਸ ਨੇ ਵੀ ਪੁਸ਼ਟ ਕੀਤਾ ਕਿ ਅਸਲ ਦੇ ਵਿੱਚ ਮੰਦਿਰ ਜਾਣ ਤੋਂ ਹੀ ਇਹ ਘਟਨਾ ਜਿਹੜੀ ਵਾਪਰੀ ਆ। ਤਾਂ ਇਹ ਤੁਸੀਂ ਹੁਣ ਦੇਖ ਲਓ ਕਿ ਕਿਸ ਤਰੀਕੇ ਦਾ ਇੱਥੇ ਇੱਕ ਮਾਹੌਲ ਚੱਲਦਾ ਪਿਆ, ਉਸ ਮਾਹੌਲ ਦੇ ਵਿੱਚ ਦਲਿਤਾਂ ਦਾ ਕਿਸ ਤਰ੍ਹਾਂ ਤ੍ਰਿਸਕਾਰ ਕੀਤਾ ਜਾਂਦਾ, ਕਿਸ ਤਰ੍ਹਾਂ ਅਤਿਆਚਾਰ ਕੀਤਾ ਜਾਂਦਾ ਉਹਨਾਂ ਤੇ। ਪਿੱਛੇ ਜੇ ਦੇਖਿਆ 2 ਮਹੀਨੇ ਹੋਏ ਆ, ਇੱਕ ਵਿਆਹ ਸਮਾਰੋਹ ਦੇ ਵਿੱਚ ਇੱਕ ਦਲਿਤ ਨੌਜਵਾਨ ਆਪਣੀ ਭੈਣ ਦੇ ਨਾਲ ਸ਼ਾਦੀ ਤੇ ਗਿਆ ਸੀ। ਭੈਣ ਨੇ ਆਖਿਆ ਵੀ ਕਿ ਇੱਥੇ ਉੱਚ ਜਾਤੀਆਂ ਵਾਲੇ ਆਏ ਆ ਤੇ ਤੂੰ ਮਾੜਾ ਜਿਹਾ ਬਚ ਕੇ। ਉਹਨੇ ਆਖਿਆ ਕਿ ਇਹ ਉੱਚ ਜਾਤੀਆਂ ਵਾਲੇ ਕਿਤੇ 2 ਵਾਰੀ ਥੋੜੀ ਜੰਮੇ ਆ, ਤੇ ਜਿੱਥੇ ਖਾਣਾ ਲੱਗਾ ਸੀ ਬਰੋਬਰ ਉਹ ਖਾਣ ਬਹਿ ਗਿਆ, ਤੇ ਉਹ ਜਿਹੜੇ ਦੂਸਰੀਆਂ ਜਾਤਾਂ ਵਾਲੇ ਸੀ ਉਹਨਾਂ ਨੂੰ ਨਾਗਵਾਰ ਗੁਜ਼ਰਿਆ। ਉਹਨਾਂ ਨੇ ਆਖਿਆ ਕਿ ਤੂੰ ਛੋਟਾ ਹੋ ਕੇ ਦਲਿਤ ਹੋ ਕੇ ਸਾਡੇ ਸਾਹਮਣੇ ਇੱਦਾਂ ਤੱਕ ਬੈਠਾ। ਉਹਨੇ ਆਖਿਆ ਕਿ ਤੁਹਾਨੂੰ ਕੀ ਸਿੰਘ ਲੱਗੇ ਆ, ਜਾਂ ਇਹ ਆ ਕਿ ਮੈਂ ਕੋਈ ਖੂਨ ਦਾ ਰੰਗ ਹੈ ਜਿਹੜਾ ਨੀਲਾ ਰੱਖਦਾ। ਜਦੋਂ ਉਹਨੇ ਥੋੜਾ ਬਹੁਤ ਤਰਕ ਕੀਤਾ ਤੇ ਦੱਸਦੇ ਕਿ ਉਹਨੂੰ ਉੱਥੇ ਥਾਂ ਤੇ ਮਾਰ ਦਿੱਤਾ ਗਿਆ ਵਿਆਹ ਸਮਾਰੋਹ ਦੇ ਵਿੱਚ। ਤੇ ਆਹ ਇੱਕ ਘਟਨਾ ਜਿਹੜੀ ਆ, ਥੋੜੇ ਦਿਨ ਪਹਿਲਾਂ ਆਪਾਂ ਦੇਖਿਆ ਕਿ ਡਾਕਟਰਾਂ ਨੇ ਇੱਕ ਦਲਿਤ ਲੜਕੀ ਨੂੰ ਇੰਨਾ ਮਜਬੂਰ ਕੀਤਾ, ਆਦਿਵਾਸੀ ਲੜਕੀ ਨੂੰ ਇੰਨਾ ਮਜਬੂਰ ਕੀਤਾ ਕਿ ਉਹ ਵੀ ਸੁਸਾਈਡ ਕਰ ਗਈ ਸੀਗੀ, ਡਾਕਟਰ ਸੀਗੀ। ਤਾਂ ਇਹ ਇੱਕ ਐਸਾ ਵਰਤਾਰਾ ਹੈ ਜਿਹੜਾ ਇੰਡੀਆ ਦੇ ਵਿੱਚ ਰੁਕਣ ਦਾ ਨਾਂ ਨਹੀਂ ਲੈਂਦਾ। ਸੋ ਇਸ ਮਾਮਲੇ 'ਚ ਗ੍ਰਿਫਤਾਰੀਆਂ ਤੇ ਜ਼ਰੂਰ ਹੋਈਆਂ ਨੇ, ਪਰ ਇਹ ਇੱਕ ਕਮਾਲ ਦਾ ਪੱਖ ਆ ਸਾਡੇ ਇੱਥੋਂ ਦੇ ਇਤਿਹਾਸ ਦਾ ਲਾ ਲਓ, ਵਰਤਮਾਨ ਦਾ ਲਾ ਲਓ, ਕਿ ਕਈ ਮਾਮਲਿਆਂ ਦੇ ਵਿੱਚ ਤੇ ਇਹੋ ਜਿਹੀਆਂ ਰਿਪੋਰਟਾਂ ਸਾਹਮਣੇ ਆਉਂਦੀਆਂ ਕਿ ਜਿਹੜੇ ਦਲਿਤ ਆ ਉਹਨਾਂ ਨੂੰ ਥਾਣਿਆਂ ਦੇ ਵਿੱਚ ਵੜਨ ਤੋਂ ਵੀ ਰੋਕਿਆ ਜਾਂਦਾ। ਇਹ ਕਦੋਂ ਰੁਕੂਗਾ, ਕਦੋਂ ਸਾਰਾ ਕੁਛ ਦੂਰ ਹੋਊਗਾ, ਇਹ ਸਮਝਣ ਦੀ ਜ਼ਰੂਰਤ ਆ ਜਾਂ ਕਿਆਸ ਲਾਉਣ ਦੀ ਜ਼ਰੂਰਤ ਆ। ਕੋਈ ਪੱਕੀ ਤਰੀਕ ਨਹੀਂ ਕਿ ਹਾਂ ਇੰਨੀ ਤਰੀਕ ਨੂੰ ਇਹਨਾਂ ਨੂੰ ਅਕਲ ਆ ਜਾਣੀ। ਜੀ ਜੀ ਜੀ, ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਹੁਣ ਕੇਜਰੀਵਾਲ ਨੇ ਸ਼ੁਰੂ ਕੀਤਾ ਬਾਦਲ ਸਰਕਾਰ ਵਾਲਾ ਕੰਮ। ਕਿਆ ਬਾਤ, ਕਦੇ ਬੱਸਾਂ ਤੇ ਨਹੀਂ ਪਾ ਲਈਆਂ ਬਾਦਲਾਂ ਵਾਂਗੂ ਬੱਸਾਂ ਪਾ ਲਈਆਂ ਹੁਣ ਕੰਮ ਤੇ ਬਾਦਲਾਂ ਦੇ ਇਹੋ ਜਿਹੇ ਆ। ਖੈਰ ਲੱਗਦਾ ਇਹ ਆ ਕਿ ਬੱਸਾਂ ਪਾਈਆਂ ਨਹੀਂ ਪਰ ਕਲਾਈਆਂ ਵਾਲਾ ਕੰਮ ਜ਼ਰੂਰ ਕਰੂਗਾ। ਭਾਵੇਂ ਉਹ ਆ ਕਿ ਹੁਣ ਤੁਹਾਨੂੰ ਪਤਾ ਹੀ ਆ ਇਲੈਕਸ਼ਨ ਦੇ ਵਿੱਚ ਹੁਣ ਬਹੁਤਾ ਸਮਾਂ ਨਹੀਂ ਆ, ਦਿੱਲੀ ਦੇ ਵਿੱਚ ਇਲੈਕਸ਼ਨ ਹੈ ਜਿਹੜਾ ਦਿਖਾਰੀ ਦੇਣ ਲੱਗ ਪਿਆ। ਜਦੋਂ ਇਲੈਕਸ਼ਨ ਦਿਖਾਰੀ ਦੇਣ ਲੱਗ ਪੈਂਦਾ ਫਿਰ ਕਾਹਲੀ ਵੀ ਮੱਚ ਜਾਂਦੀ ਹੈ ਕਿ ਹੁਣ ਜਲਦੀ ਜਲਦੀ ਛੇਤੀ ਛੇਤੀ ਸਾਰੇ ਵਰਗਾਂ ਨੂੰ ਅਸੀਂ ਭਰਮਾਈਏ, ਲੋਕਾਂ ਨੂੰ ਆਪਣੇ ਨਾਲ ਜੋੜੀਏ। ਤਾਂ ਇਹੋ ਹੀ ਕੋਰਸ ਜਿਹੜੀ ਆ ਉਹ ਹੁਣ ਦਿੱਲੀ ਦੇ ਵਿੱਚ ਚੱਲਦੀ ਪਈ ਆ। ਆ ਥੋੜੇ ਦਿਨ ਪਹਿਲਾਂ ਇਹਨਾਂ ਨੇ ਸਫ਼ਰ ਵੀ ਫ੍ਰੀ ਕੀਤਾ ਕਿ ਔਰਤਾਂ ਦਾ ਮੈਟਰੋ ਦੇ ਵਿੱਚ ਅਸੀਂ ਸਫ਼ਰ ਵੀ ਫ੍ਰੀ ਕਰਾਂਗੇ। ਤਾਂ ਉਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਨਾਯਾਬ ਤੋਹਫਾ ਦਿੱਤਾ ਆ ਉੱਥੋਂ ਦੇ ਵੋਟਰਾਂ ਨੂੰ, ਕਹਿੰਦੇ ਆ ਕਿ ਹੁਣ ਤੀਰਥ ਯਾਤਰਾ ਕਰਵਾਵਾਂਗੇ ਤੁਹਾਡੀ। ਯਾਦ ਹੋਣਾ ਤੁਹਾਨੂੰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੇ ਆਖਿਆ ਸੀਗਾ ਕਿ ਅਸੀਂ ਤੀਰਥ ਯਾਤਰਾ ਕਰਵਾਵਾਂਗੇ। ਉਹ ਕੁਛ ਇੱਥੇ ਬੇਰੁਜ਼ਗਾਰ ਬੰਦੇ ਹੀ ਗਏ ਜਥੇਬੰਦੀਆਂ ਦੇ ਤੇ ਉਹ ਇੱਥੇ ਬਾਦਲ ਕੇ ਘਰੇ ਚਲ ਗਏ ਬਾਦਲ ਪਿੰਡ ਦੇ ਵਿੱਚ। ਮਿਲਦਾ ਸਮਾਂ ਸੀ ਮੀਟਿੰਗ ਲਈ ਬੁਲਾ ਲਿਆ ਉਹਨਾਂ ਦੇ ਜਿਹੜੇ ਹੈਗੇ ਸੀ ਨੁਮਾਇੰਦੇ ਬੇਰੁਜ਼ਗਾਰਾਂ ਦੇ, ਤੇ ਉਹਨਾਂ ਨੇ ਆਖਿਆ ਬਾਦਲ ਸਾਹਿਬ ਸਾਨੂੰ ਰੁਜ਼ਗਾਰ ਦਿਓ। ਤੇ ਬਾਦਲ ਸਾਹਿਬ ਹੱਸ ਕੇ ਕਹਿੰਦੇ ਕਿ ਕਾਕਾ ਰੁਜ਼ਗਾਰ ਹੁਣ ਮੇਰੇ ਕੋਲ ਫੜਿਆ ਤੇ ਹੈ ਨੀ ਗਾ, ਜਿਹੜਾ ਮੈਂ ਤੁਹਾਨੂੰ ਐ ਵੜ ਕੇ ਤੇ ਮੁੜ ਦੇ ਵਿੱਚ ਫੜਾ ਦੇਵਾਂ। ਮੇਰੇ ਕੋਲ ਤੇ ਕਹਿੰਦਾ ਕਿ ਬੱਸਾਂ ਹੈਗੀਆਂ ਜਿਹੜੀਆਂ ਮੈਂ ਤੀਰਥ ਯਾਤਰਾ ਤੇ ਲਾਈਆਂ, ਤੁਸੀਂ ਇਸ ਤਰ੍ਹਾਂ ਕਰੋ ਐਵੇਂ ਇੱਥੇ ਧੱਕੇ ਕਰਦੇ ਫਿਰਦੇ ਉੱਥੇ ਚੜ ਜਾਓ, ਫ੍ਰੀ ਬੱਸਾਂ ਜਾਣੀਆਂ, ਫ੍ਰੀ ਉੱਥੇ ਰੋਟੀ ਪਾਣੀ ਆ। ਉਹ ਕਹਿੰਦੇ ਕਮਾਲ ਦੀ ਗੱਲ ਆ ਬਾਦਲ ਸਾਹਿਬ, ਅਸੀਂ ਤੁਹਾਡੇ ਕੋਲ ਰੁਜ਼ਗਾਰ ਮੰਗਣ ਆਏ ਆ ਤੇ ਤੁਸੀਂ ਸਾਨੂੰ ਕਹਾਂ ਹੋਰ ਕਹਾਣੀਆਂ ਪਾਈ ਜਾ ਰਹੇ ਹੋ। ਉਹਨਾਂ ਕਿਹਾ ਕਿ ਨਹੀਂ, ਜੋ ਸਰਕਾਰ ਕੋਲ ਹੈਗਾ ਸਰਕਾਰ ਦੇਈ ਜਾਂਦੀ ਆ। ਤਾਂ ਇਹ ਉਹੋ ਜਿਹੀ ਮਾਮਲਾ, ਤਾਂ ਇਹਨਾਂ ਨੇ 5 ਰੂਟ ਤੈਅ ਕਰ ਦਿੱਤੇ ਆ, ਜਿੱਦਾਂ ਮਥੁਰਾ ਵ੍ਰਿੰਦਾਵਨ, ਫਿਰ ਹਰਿਦੁਆਰ, ਰਿਸ਼ੀਕੇਸ਼, ਨੀਲਕੰਠ, ਪੁਸ਼ਕਰ, ਅਜਮੇਰ, ਫਿਰ ਇਹ ਤੋਂ ਇਲਾਵਾ ਅੰਮ੍ਰਿਤਸਰ, ਵਾਹਗਾ, ਆਨੰਦਪੁਰ ਸਾਹਿਬ ਦਰਸ਼ਨ, ਫਿਰ ਇਸ ਤੋਂ ਇਲਾਵਾ ਇੱਕ ਰੂਟ ਹੈਗਾ ਵੈਸ਼ਨੋ ਦੇਵੀ ਜੰਮੂ। ਤਾਂ ਇਸ ਤੋਂ ਇਲਾਵਾ ਨਾਲ ਸ਼ਰਤ ਵੀ ਰੱਖੀ ਗਈ ਆ ਕਿ ਭਾਈ ਪੱਕੇ ਵਸਨੀਕ ਹੋਣੇ ਚਾਹੀਦੇ ਆ ਦਿੱਲੀ ਦੇ, ਜੇ ਦਿੱਲੀ ਸਰਕਾਰ ਦੀ ਇਸ ਸਕੀਮ ਦਾ ਤੁਸੀਂ ਨਾਂ ਲੈਣਾ। ਤੇ ਨਾਲੇ ਜ਼ਿੰਦਗੀ ਚ ਸਿਰਫ ਇੱਕੋ ਵਾਰੀ ਹੀ ਇਹ ਤੁਹਾਨੂੰ ਧਾਰਮਿਕ ਯਾਤਰਾ ਜਿਹੜੀ ਉਹ ਕਰਾਈ ਜਾਊਗੀ। ਨਾਲ ਇਹ ਇੱਕ ਛੋਟ ਦਿੱਤੀ ਗਈ ਕਿ 18 ਸਾਲ ਜਾਂ ਇਸ ਤੋਂ ਵੱਡੇ ਕਿਸੇ ਵੀ ਵਿਅਕਤੀ ਨੂੰ ਬਜ਼ੁਰਗ ਬੰਦਾ ਨਾਲ ਖੜ ਸਕਦਾ। ਤੇ ਨਾਲ ਇੱਕ ਹੋਰ ਸ਼ਰਤ ਲਾ ਦਿੱਤੀ ਆ ਕੇਜਰੀਵਾਲ ਸਾਹਿਬ ਨੇ ਕਿ
ਜਿਹੜਾ ਬਜ਼ੁਰਗ ਯਾਤਰੀ ਹੋਊਗਾ ਉਹਦੀ ਸਾਲਾਨਾ ਆਮਦਨ ਜਿਹੜੀ ਆ 3 ਲੱਖ ਰੁਪਈਏ ਤੋਂ ਘੱਟ ਹੋਣੀ ਚਾਹੀਦੀ ਆ। ਤਾਂ ਇਹ ਕੇਜਰੀਵਾਲ ਸਾਹਿਬ ਦੀਆਂ ਹੁਣ ਨਵੀਆਂ ਯੋਜਨਾਵਾਂ ਨੇ। ਵੈਸੇ ਜੇ ਵੇਖੀਏ ਤੇ ਫ੍ਰੀ ਵਾਈਫਾਈ ਤਾਂ ਨਹੀਂ ਲੱਗਾ, ਪਰ ਘੱਟੋ ਘੱਟ ਫ੍ਰੀ ਯਾਤਰਾ ਜ਼ਰੂਰ ਉਹਨਾਂ ਦੀ ਸ਼ੁਰੂ ਹੋ ਗਈ ਆ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਦੇਸ਼ ਵਿੱਚ ਹੁੰਜਾ ਫੇਰਨ ਮਗਰੋਂ ਹੁਣ ਅਕਾਲੀ ਦਲ ਨੂੰ ਵੀ ਝਟਕਾ ਦੇਣ ਲਈ ਤਿਆਰ ਨੇ, ਅਕਾਲੀ ਦਲ ਵੀ ਕਹਿੰਦੇ ਚਕੰਨਾ ਹੋਇਆ। ਦੇਖੋ ਇਹ ਤਾਂ ਸਾਫ਼ ਹੋ ਹੀ ਗਿਆ ਸੀਗਾ ਜਿਸ ਤਰੀਕੇ ਦੇ ਸੰਕੇਤ ਮਿਲਣ ਲੱਗ ਪਏ ਸੀਗੇ। ਕਮਲ ਸ਼ਰਮਾ ਬੋਲਿਆ ਸੀਗਾ, ਮੈਂ ਅੱਗੇ ਵੀ ਕਿਹਾ ਕਿ ਕਮਲ ਸ਼ਰਮਾ ਚ ਇੰਨੀ ਜ਼ਰੂਰਤ ਨਹੀਂ ਹੈਗੀ ਕਿ ਉਹ ਆਪਣੇ ਪੱਧਰ ਤੇ ਬੋਲੇ। ਕਮਲ ਸ਼ਰਮਾ ਜਿਹੜਾ ਉਹ ਕਿਸੇ ਦੇ ਬੁਲਾਇਆ ਹੀ ਬੋਲਦਾ ਕਮਲ ਸ਼ਰਮਾ, ਕਿਉਂਕਿ ਦੇਖੋ ਕਿਸੇ ਸਮੇਂ ਝੋਲਾ ਚੱਕ ਰਿਹਾ ਪ੍ਰਕਾਸ਼ ਸਿੰਘ ਬਾਦਲ ਦਾ, ਇੱਥੇ ਸੈਕਟਰੀ ਹੁੰਦਾ ਸੀਗਾ, ਫਿਰ ਉਹਨਾਂ ਨੇ ਆਖਿਆ ਕਿ ਮੁੰਡਾ ਸਮਝਿਆ ਇਹਨੂੰ ਤੁਸੀਂ ਇੱਕ ਪ੍ਰਧਾਨ ਬਣਾ ਦਿਓ ਭਾਰਤੀ ਜਨਤਾ ਪਾਰਟੀ ਦਾ, ਉਦੋਂ ਚੰਗਾ ਮਾਨ ਸਤਿਕਾਰ ਸੀ ਬਾਦਲ ਸਾਹਿਬ ਦਾ ਅੱਜ ਨੂੰ, ਤਾਂ ਉਹਨਾਂ ਨੇ ਇਹਨੂੰ ਚੱਕ ਕੇ ਤੇ ਬਣਾ ਦਿੱਤਾ ਸੀਗਾ ਪ੍ਰਧਾਨ। ਤਾਂ ਉਹ ਬੰਦਾ ਏਦਾਂ ਕਿਵੇਂ ਬੋਲੂਗਾ ਬਣਾ ਕੇ ਗੱਲ ਤੋਂ? ਤਾਂ ਮੈਂ ਤੇ ਇਹੋ ਹੀ ਸਮਝਿਆ ਕਿ ਕਮਲ ਸ਼ਰਮਾ ਕਿਸੇ ਦੇ ਬੁਲਾਇਆ ਬੋਲਦਾ ਪਿਆ। ਕਮਲ ਸ਼ਰਮਾ ਨੇ ਉਦਣ ਹੀ ਕਹਿਤਾ ਸੀਗਾ ਜਿੱਦਣ 23 ਨੂੰ ਨਤੀਜੇ ਆਏ ਆ, ਅਗਲੇ ਦਿਨ ਇਹਦੀ ਸਟੇਟਮੈਂਟ ਆ ਗਈ ਸੀਗੀ ਕਿ ਭਾਈ ਭਾਜਪਾ ਦਾ ਜਿਹੜਾ ਜਨ ਆਧਾਰ ਆ ਉਹ ਇੱਥੇ ਪੰਜਾਬ ਦੇ ਵਿੱਚ ਲਗਾਤਾਰ ਵਧਣ ਡਿਆ, ਤੇ ਉਸ ਹਿਸਾਬ ਦੇ ਨਾਲ ਜਿਹੜੀ ਸਾਡੀ ਰੇਸ਼ੋ ਹੈ ਸੀਟਾਂ ਦੀ ਜਿਹੜੀ ਸਾਡੀ ਵੰਡ ਆ ਉਹਦੇ ਵਿੱਚ ਸ਼ੇਅਰ ਵੀ ਜਿਹੜਾ ਸਾਡਾ ਵਧਣਾ ਚਾਹੀਦਾ। ਤਾਂ ਹੁਣ ਇਹ ਤੁਸੀਂ ਲਾ ਲਓ ਕਿ ਕੰਮ ਤਿੱਖਾ ਹੋ ਗਿਆ। ਇਹਦੇ ਵਿੱਚ ਅੱਜ ਇਹਨਾਂ ਨੇ ਕੋਰ ਕਮੇਟੀ ਦੀ ਮੀਟਿੰਗ ਸੱਦੀ ਸੀ ਬੀਜੇਪੀ ਵਾਲਿਆਂ ਨੇ, ਤੇ ਨਾਲ ਇਹਨਾਂ ਨੇ ਮਿਸ਼ਨ 2022 ਬਾਰੇ ਚਰਚਾ ਵੀ ਸ਼ੁਰੂ ਕਰ ਦਿੱਤੀ ਆ। ਤਾਂ ਦੇਖੋ ਪੰਜਾਬ ਤੇ ਅੱਖ ਕਿੰਨੀ ਟਕਾਵੀ ਆ ਉਹਨਾਂ ਦੀ। ਮੈਂ ਅੱਗੇ ਵੀ ਕਿਹਾ ਸੀ, ਵਾਰ ਵਾਰ ਕਹਿ ਰਿਹਾ ਕਿ 2022 ਤੇ ਖਾਸ ਨਿਸ਼ਾਨਾ ਹੋਊਗਾ, ਪੰਜਾਬ ਖਾਸ ਨਿਸ਼ਾਨਾ ਹੋਊਗਾ ਭਾਰਤੀ ਜਨਤਾ ਪਾਰਟੀ ਦਾ। ਤਾਂ ਉਹਨਾਂ ਨੇ ਅੱਜ ਸੰਕੇਤ ਦੇ ਦਿੱਤੇ ਆ। ਤਾਂ ਉਹਨਾਂ ਨੇ ਜੋ ਉੱਥੇ ਡਿਸਕਸ਼ਨ ਕੀਤਾ ਉਹਦੇ ਚ ਇੱਕ ਇਹ ਵੀ ਵਿਚਾਰ ਆਇਆ ਵਾ ਕਿ ਸੂਬੇ ਦੇ ਵਿੱਚ ਅਸੀਂ 85 ਸੀਟਾਂ ਜਿੱਤ ਕੇ ਸਰਕਾਰ ਬਣਾ ਸਕਦੇ ਹਾਂ। ਤੋਂ ਭਾਰਤੀ ਜਨਤਾ ਪਾਰਟੀ ਬਾਰੇ ਉਹ ਕਹਿੰਦੇ ਆ ਕਿ ਸਾਨੂੰ 117 ਸੀਟਾਂ ਦੀਆਂ 117 ਸੀਟਾਂ ਤੇ ਬੂਥ ਪੱਧਰ ਤੇ ਤਿਆਰੀਆਂ ਕਰਨੀਆਂ ਸ਼ੁਰੂ ਕਰਨੀਆਂ ਚਾਹੀਦੀਆਂ ਕਿਉਂਕਿ ਅਸੀਂ ਬਹੁਤ ਬਿਹਤਰ ਨਤੀਜੇ ਦੇ ਸਕਦੇ ਹਾਂ। ਸੋ ਇਹ ਇੱਕ ਵੱਡੀ ਖ਼ਬਰ ਆ ਇਸ ਵੇਲੇ ਦੀ ਕਿ ਭਾਰਤੀ ਜਨਤਾ ਪਾਰਟੀ ਨੇ ਮਿਸ਼ਨ 2022, ਹਾਲਾਂਕਿ ਉਹਨਾਂ ਨੇ ਹੁਣ ਜਦੋਂ ਮੀਟਿੰਗ ਕੀਤੀ ਹੈ ਸਿੱਧੇ ਤੌਰ ਤੇ ਨਹੀਂ ਕਿਹਾ ਕਿ ਅਸੀਂ ਅਲਾਇੰਸ ਦੇ ਨਾਲ ਮਿਸ਼ਨ 2022 ਆ ਜਿਹੜਾ ਉਹ ਸਰ ਕਰਾਂਗੇ। ਕਹਿਣ ਦਾ ਭਾਵ ਹੈ ਕਿ ਭਾਰਤੀ ਜਨਤਾ ਪਾਰਟੀ ਆਪਣੇ ਬਲ ਬੂਤੇ ਤੇ ਟੀਚਾ ਹਾਸਲ ਕਰੂਗੀ। ਇਹੋ ਜੀ ਨਿਕਲਦੀ ਪਈ ਉੱਥੋਂ ਗੱਲਬਾਤ ਜਿਹੜੀ ਇਹਨਾਂ ਦੀ ਕੋਰ ਕਮੇਟੀ ਦੀ ਮੀਟਿੰਗ ਆ। ਤੇ ਇਹੀ ਕਾਰਨ ਆ ਕਿ ਨਾਲ ਦੀ ਨਾਲ ਹੀ ਇਧਰੋਂ ਅਕਾਲੀ ਦਲ ਬਾਦਲ ਵਾਲਿਆਂ ਨੇ ਵੀ ਮੀਟਿੰਗ ਸ਼ੁਰੂ ਕਰ ਦਿੱਤੀ ਆ। ਉਹਦੇ ਚ ਦੱਸਦੇ ਆ ਕਿ ਕਾਫੀ ਝੜਪ ਹੋਈ ਆ ਇਹਨਾਂ ਦੇ ਜਿਹੜੇ ਉੱਥੇ ਮੈਂਬਰ ਆ, ਯਾਨੀ ਕਹਿ ਸਕਦੇ ਆ ਜਿਹੜੇ ਮੋਢੀ ਆ ਅਕਾਲੀ ਦਲ ਬਾਦਲ ਦੇ। ਤਾਂ ਉਹਨਾਂ ਦੇ ਵਿੱਚੋਂ ਕੁਛ ਆਵਾਜ਼ਾਂ ਨਿਕਲੀਆਂ ਕਿ ਜਿੱਦਾਂ ਪ੍ਰਧਾਨ ਸਾਹਿਬ ਉਲਝ ਗਏ ਇੱਥੇ ਫਿਰੋਜ਼ਪੁਰ ਦੇ ਵਿੱਚ, ਫਿਰ ਬੀਬਾ ਬਾਦਲ ਇਲੈਕਸ਼ਨ ਲੜਦੇ ਪਏ ਸੀਗੇ ਬਠਿੰਡਾ ਤੋਂ, ਕਿ ਬਾਦਲ ਪਰਿਵਾਰ ਦੀਆਂ ਇਹ 2 ਸੀਟਾਂ ਤੇ ਹੀ ਸਰਗਰਮੀਆਂ ਸੀਮਤ ਹੋਣ ਦਾ ਨੁਕਸਾਨ ਹੈ ਜਿਹੜਾ ਉਹ ਸਮੁੱਚੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਝੱਲਣਾ ਪਿਆ। ਤਾਂ ਇਹ ਕਿਤੇ ਨਾ ਕਿਤੇ ਗਲਤੀ ਹੋਈ ਆ, ਵਿਸਾਖੀ ਹੋਈ ਆ। ਸੋ ਇਸ ਤਰ੍ਹਾਂ ਵੀ ਇਹ ਇੱਕ ਮੀਟਿੰਗ ਦੇ ਚਰਚੇ ਹੋਣੇ, ਫਿਰ ਚਰਚਿਆਂ ਦੇ ਵਿੱਚ ਇਸ ਤਰ੍ਹਾਂ ਦੇ ਆਉਣੇ ਅੱਗੇ ਸਾਹਮਣੇ ਚਰਚੇ ਕਿ ਹਾਂ ਭਾਈ ਅਸੀਂ ਇਲੈਕਸ਼ਨ ਲੜ ਸਕਦੇ ਹਾਂ ਆਪਣੇ ਬਲਬੂਤੇ ਤੇ, ਫਿਰ ਨਾਲ ਦੀ ਨਾਲ ਇਹ ਚਰਚੇ ਆ ਜਾਣ ਕਿ ਸ਼੍ਰੋਮਣੀ ਅਕਾਲੀ ਦਲ ਨੇ ਘੱਟ ਘੱਟ ਮੀਟਿੰਗ ਸੱਦੀ ਆ। ਤੁਸੀਂ ਆਪ ਹੀ ਅੰਦਾਜ਼ਾ ਲਾ ਦੋ ਕਿ ਕਿੰਨੀ ਕਾਹਲੀ ਕਾਹਲੀ ਇਹ ਸਾਰੀਆਂ ਚੀਜ਼ਾਂ ਵਾਪਰਨ ਲੱਗ ਗਈਆਂ। ਤਾਂ ਬਹੁਤ ਹੱਦ ਤੱਕ ਭਾਰਤੀ ਜਨਤਾ ਪਾਰਟੀ ਨੇ ਆਪਣਾ ਵਿਜ਼ਨ ਜਿਹੜਾ, ਆਪਣਾ ਦ੍ਰਿਸ਼ਟੀਕੋਣ ਹੈ ਜਿਹੜਾ ਕਲੀਅਰ ਕਰ ਦਿੱਤਾ ਕਿ ਹਾਂ ਭਾਈ ਅਸੀਂ 2022 ਦੇ ਵਿੱਚ ਬਹੁਤ ਤਾਕਤ ਨਾਲ ਉਤਰਨ ਜਾ ਰਹੇ ਹਾਂ। ਤਾਂ ਉਸ ਤਾਕਤ ਦੇ ਵਿੱਚ ਕਿਹਨੂੰ ਨੁਕਸਾਨ ਹੋਊਗਾ, ਕਿਹਨੂੰ ਨਫ਼ਾ ਹੋਊਗਾ, ਉਹ ਪੋਟਿਆਂ ਤੇ ਹੁਣੇ ਗਿਣਤੀ ਮਿਲਤੀ ਸ਼ੁਰੂ ਹੋ ਗਈ ਆ। ਜੀ 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 ਬਿਲਕੁਲ। ਤੇ ਮਿੰਟੂ ਜੀ, ਨਾਲ ਹੀ ਐਸ ਜੀ ਪੀ ਸੀ ਦੇ ਬਾਰੇ ਵੀ ਕੋਈ ਹਿਲਜੁਲ ਹੈ ਕਿ ਪਹਿਲੋਂ ਐਸ ਜੀ ਪੀ ਸੀ ਦੇ ਉੱਤੇ ਜਿਹੜਾ ਟਰਾਈ ਕਰਨਗੇ ਫਿਰ ਇਸ ਪਾਸੇ ਵੱਲ ਨੂੰ ਆਉਣਗੇ ਜਾਂ ਕਿੱਦਾਂ ਹੋਵੇਗਾ, ਕੁਛ ਹੈ ਉਸ? ਬਿਲਕੁਲ ਬਿਲਕੁਲ, ਤੁਹਾਡਾ ਜਿਹੜਾ ਸਵਾਲ ਹੈ ਬੜਾ ਵਾਜਬ ਆ ਕਿ ਦੇਖੋ ਹੋ ਸਕਦਾ ਜੇ ਤੇ ਉਹਨਾਂ ਨੇ ਅਕਾਲੀ ਦਲ ਨੂੰ ਨੁਕਰੇ ਲਾਉਣਾ ਹੋਇਆ, ਉਹਨਾਂ ਨੂੰ ਲੱਗਿਆ ਕਿ ਅਕਾਲੀ ਦਲ ਹੁਣ ਸਾਡੇ ਤੇ ਇੱਕ ਬੋਝ ਆ, ਸਾਨੂੰ ਲੈਦਾ ਹੋ ਕੇ ਚੱਲਣ ਚ ਹੀ ਫਾਇਦਾ, ਤਾਂ ਫਿਰ ਉਹ ਸਭ ਤੋਂ ਪਹਿਲਾਂ ਇਹੋ ਹੀ ਤਾਕਤ ਅਕਾਲੀਆਂ ਦੇ ਥੱਲੇ ਕੱਢਣਗੇ। ਤਾਂ ਕਹਿਣ ਦਾ ਭਾਵ ਇਹ ਆ ਕਿ ਫਿਰ ਬਹੁਤ ਜਲਦੀ ਇਲੈਕਸ਼ਨ ਹੋ ਸਕਦਾ, ਤੇ ਜੇ ਉਹ ਸੋਚ ਕੇ ਚੱਲਦੇ ਆ ਤੇ ਅਕਾਲੀ ਵੀ ਇਸ ਗੱਲ ਤੇ ਸਹਿਮਤ ਹੋ ਜਾਂਦੇ ਆ ਕਿ ਸਾਨੂੰ ਭਾਈ ਹੁਣ ਇਹਨਾਂ ਦੇ ਨਾਲ ਹੀ ਤੁਰਨ ਚੁੱਕੇਗਾ। ਬਹੁਤ ਲੰਮਾ ਚਿਰ ਹੋ ਗਿਆ ਪਤੀ ਪਤਨੀ ਦੇ ਇਸ ਰਿਸ਼ਤੇ ਚ ਅਸੀਂ ਅੱਗੇ ਲੱਗ ਕੇ ਤੁਰੇ ਜਾਂਦੇ ਸੀ, ਹਾਲਾਂਕਿ ਪਤੀ ਕੌਣ ਹੈ ਪਤਨੀ ਕੌਣ ਹੈ ਮੈਨੂੰ ਨਹੀਂ ਪਤਾ, ਪਰ ਅੱਗੇ ਅਕਾਲੀ ਦਲ ਹੀ ਚੱਲਦਾ ਨਜ਼ਰ ਆਉਂਦਾ ਸੀਗਾ।
ਫਿਰ ਜੇ ਅਕਾਲੀ ਦਲ ਕੰਪਰੋਮਾਈਜ਼ ਕਰ ਲੈਂਦਾ ਕਿ ਹਾਂ ਭਾਈ ਠੀਕ ਹੈ ਜੋ ਮਿਲਦਾ ਸੋਹੀ ਬਹੁਤੇ ਜਾਂਦੇ ਨਾ ਬਹੁਤਾ ਜਾਂਦਾ ਵੇਖੀਏ ਤੇ ਥੋੜਾ ਦੇਈਏ ਰੋਡ ਤੇ ਥੋੜਾ ਬਹੁਤਾ ਦੇ ਕੇ ਤੇ ਜੇ ਕੋਈ ਬਹੁਤਾ ਬਚਦਾ ਉਹ ਬਚਾ ਲਈਏ ਤਾਂ ਜੇ ਅਕਾਲੀ ਦਲ ਸਹਿਮਤ ਹੋ ਜਾਂਦਾ ਤੇ ਫਿਰ ਤੇ ਕੀ ਹੋਣਾ ਜੇ ਅਕਾਲੀ ਦਲ ਵੀ ਅੱਗੋਂ ਅੱਖਾਂ ਕੱਢਦਾ ਕਿ ਹਾਂ ਭਾਈ ਆ ਜਾਓ ਭੱਜਦਿਆਂ ਨੂੰ ਵਾਹਣ ਇੱਕੋ ਜਿੰਨੇ ਆ ਉਹ ਜਿਵੇਂ ਗਾਣਾ ਵੀ ਹੈ ਨਾ ਜੇ ਜੇ ਤੇਰਾ ਸਰ ਸਕਦਾ ਤਾਂ ਸਾਨੂੰ ਛੱਡ ਕੇ ਦੇਖ ਲਾ ਕਿ ਜੇ ਭਾਈ ਤੇਰਾ ਸਰ ਸਕਦਾ ਤਾਂ ਸਾਨੂੰ ਛੱਡ ਕੇ ਦੇਖ ਲਾ ਤਾਂ ਫਿਰ ਉਸ ਸੂਰਤ ਦੇ ਵਿੱਚ ਸਭ ਤੋਂ ਪਹਿਲਾਂ ਕੰਮ ਇਹੋ ਹੀ ਹੋ ਸਕਦਾ ਔਰ SDPC ਤੇ ਫਿਰ ਖਾਸ ਬੰਦੇ ਆ ਜਿਹੜੇ ਉਹ ਬਿਠਾਏ ਵੀ ਜਾ ਸਕਦੇ ਆ ਕਿਉਂਕਿ ਕੇਂਦਰ ਦੇ ਵਿੱਚ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੈ ਇੱਥੇ ਉਹਨਾਂ ਦਾ ਥੋੜਾ ਬਹੁਤ ਆਧਾਰ ਵੀ ਬਣਦਾ ਨਜ਼ਰ ਆ ਰਿਹਾ ਕੁਛ ਸਿੱਖ ਚਿਹਰੇ ਆ ਜਿਹੜੇ ਉਹ ਵੀ ਇੱਧਰ ਉਲਾਰਵਾਦੀ ਹੋਏ ਪਏ ਆ ਤਾਂ ਕੁੱਲ ਮਿਲਾ ਕੇ ਪੰਜਾਬ ਦੀ ਰਾਜਨੀਤੀ ਦਾ ਅਖਾੜਾ ਹੁਣ ਖੁੱਲੂਗਾ ਔਰ ਇਹਦੇ ਵਿੱਚ ਕਿਹੜਾ ਪ੍ਰਵਾਨ ਕਿਹਨੂੰ ਧੋਬੀ ਪਟਕਾ ਮਾਰਦਾ ਕੋਈ ਪਤਾ ਨਹੀਂ ਲੱਗਣਾ ਕਿਸੇ ਏਦਾਂ ਕਿ ਕੋਈ ਕਿਸੇ ਵੱਲ ਖੜਾ ਹੋਊਗਾ ਤੇ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਜਦੋਂ ਝੰਡੀ ਪੱਟਣ ਦਾ ਮਾਹੌਲ ਬਣੇ ਤੇ ਉਦੋਂ ਉਹ ਬੰਦਾ ਦੂਸਰੇ ਖੇਮੇ 'ਤੇ ਚਲਾ ਜਾਵੇ ਕਿ ਤੇਰੀ ਝੰਡੀ ਹੁਣ ਮੈਂ ਫੜਦਾ ਜੀ 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 ਅਗਲੀ ਗੱਲ ਕਰੀਏ ਕਹਿੰਦੇ ਜਿਹੜੀ ਰਾਧੇ ਮਾਂ ਆ ਉਹਨੂੰ ਜ਼ਮਾਨਤ ਲਈ ਖੁਦ ਪੇਸ਼ ਹੋਣਾ ਪਵੇਗਾ ਕਪੂਰਥਲਾ ਅਦਾਲਤ ਵਿੱਚ ਇੱਕ ਐਸੀ ਅਧਿਆਤਮਕ ਸ਼ਖਸੀਅਤ ਆ ਮੇਰੇ ਖਿਆਲ ਦੇ ਨਾਲ ਜਿਹਨੇ ਪੂਰੇ ਇੰਡੀਆ ਦੇ ਵਿੱਚ ਕੋਈ ਇਹੋ ਜਿਹਾ ਠਾਣਾ ਕਚਹਿਰੀ ਨਹੀਂ ਛੱਡਿਆ ਹੋਣਾ ਜਿਹਦੇ ਉੱਤੇ ਇਹਦਾ ਕੋਈ ਰੱਪੜ ਇਸ ਤਰ੍ਹਾਂ ਦਾ ਨਾਂ ਪਿਆ ਹੋਵੇ ਇਹ ਭਾਰਤ ਭ੍ਰਮਣ ਕਰਦੀ ਰਹਿੰਦੀ ਆ ਖੈਰ ਇਹ ਮਾਮਲਾ ਮਾਨਹਾਨੀ ਦੇ ਨਾਲ ਜੁੜਿਆ ਮਾਨਹਾਨੀਆਂ ਦੇ ਕੇਸ ਵੀ ਅੱਜ ਕੱਲ੍ਹ ਪੂਰੇ ਭਖਮੀ ਰੋਤੇ ਆ ਲੀਡਰ ਵੀ ਮਾਨਹਾਨੀ ਦੇ ਮੁਕੱਦਮੇ ਜਿਹੜੇ ਠਾ ਠਾ ਕਰੀ ਜਾਂਦੇ ਆ ਰਾਜਿੰਦਰ ਗੁਪਤਾ ਜਿਹੜਾ ਦਿੱਲੀ ਵਾਲਾ ਉਹਨੇ ਇੱਕ ਦਿਨ ਪਹਿਲਾਂ ਮੂੰਹ ਮਿੱਠਾ ਕਰਾਇਆ ਸੀਗਾ ਅਰਵਿੰਦ ਕੇਜਰੀਵਾਲ ਦਾ ਤੇ ਅਗਲੇ ਦਿਨ ਖੱਟਾ ਕਰਾ ਦਿੱਤਾ ਜਾਂ ਨਹੀਂ ਮਾਨਹਾਨੀ ਦਾ ਕੇਸ ਠੋਕ ਦਿੱਤਾ ਤਾਂ ਇਹ ਜਿਹੜਾ ਮਾਮਲਾ ਵਾ ਉਹ ਕੁਛ ਇਸ ਤਰ੍ਹਾਂ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਕਪੂਰਥਲੇ ਦਾ ਸੁਰਿੰਦਰ ਮਿੱਤਲ ਉਹਨੇ ਕੇਸ ਪਾਇਆ ਵਾ ਮਾਨਹਾਨੀ ਦਾ ਇਸ ਰਾਧੇ ਉਰਫ ਬੱਬੋ ਤੇ ਤਾਂ ਕੇਸ ਕੀ ਆ ਉਹ ਕਹਿੰਦੇ ਆ ਕਿ ਇਹਨੇ 11 ਅਗਸਤ 2015 ਨੂੰ ਇੱਕ ਮੀਡੀਆ ਨੂੰ ਕੋਈ ਬਰੀਫਿੰਗ ਕੀਤੀ ਸੀਗੀ ਜਿਹਦੇ ਬਿਹਾਫ ਤੇ ਖ਼ਬਰ ਪ੍ਰਕਾਸ਼ਿਤ ਹੋਈ ਸੀਗੀ ਤਾਂ ਉਹਦੇ ਵਿੱਚ ਇਹ ਦਾਅਵਾ ਕੀਤਾ ਗਿਆ ਸੀਗਾ ਕਿ ਇਹਨੇ 4 ਬਲਾਤਕਾਰ ਕੀਤੇ ਹੋਏ ਆ ਮਤਲਬ ਕਿ ਇਹਦੇ ਤੇ 4 ਰੇਪ ਕੇਸ ਚੱਲਦੇ ਆ ਸੁਰਿੰਦਰ ਮਿੱਤਲ ਤੇ ਕੋਈ ਇਹਨਾਂ ਦਾ ਝਗੜਾ ਹੋਣਾ ਆਪੋ ਵਿੱਚ ਮੇਰੇ ਖਿਆਲ ਦੇ ਨਾਲ ਇਹਦੇ ਤੇ ਰਾਧੇ ਉਰਫ ਬੱਬੋ ਤੇ ਇੱਕ ਕੇਸ ਹੋਰ ਵੀ ਚੱਲਦਾ ਹੈ ਨਾ ਤੇ ਸ਼ਾਇਦ ਇਹੀ ਸ਼ਖਸ ਹੈ ਜਾਂ ਕੋਈ ਹੋਰ ਆ ਉਹਦੇ ਬਾਰੇ ਮੈਨੂੰ ਥੋੜੀ ਕਨਫਿਊਜ਼ਨ ਆ ਦੁੱਧ ਆਇਆ ਕਿ ਉਹ ਇੱਕ ਸ਼ਖਸ ਨੇ ਹੋਰ ਸ਼ਾਇਦ ਜਾਂ ਇਹੀ ਹੈ ਉਹ ਇੱਕ ਹੋਰ ਪਟੀਸ਼ਨ ਵੀ ਗਈ ਹੋਈ ਆ ਉਹ ਹਾਈਕੋਰਟ ਤੱਕ ਚਲੇ ਗਈ ਸੀਗੀ ਜਿਹਦੇ ਵਿੱਚ ਦੋਸ਼ ਲਗਾ ਸੀਗਾ ਔਰ ਉਹ ਸਬੂਤ ਵੀ ਦਿੱਤੇ ਗਏ ਸੀਗੇ ਨਾਲ ਨੱਥੀ ਕਰਕੇ ਤੇ ਰਾਧੇ ਉਰਫ ਬੱਬੋ ਆ ਜਿਹੜੀ ਉਹ ਰਾਤ ਨੂੰ ਫੋਨ ਕਰਕੇ ਦਬਾਅ ਪਾਉਂਦੀ ਆ ਰਜ਼ਾਮੰਦਗੀ ਵਾਸਤੇ ਸੋ ਇਸ ਤਰ੍ਹਾਂ ਦਾ ਇੱਕ ਮਾਮਲਾ ਜਿਹੜਾ ਉਹ ਅਲੱਗ ਤੋਂ ਆ ਤਾਂ ਹੁਣ ਪਤਾ ਨੀ ਇਹੋ ਸ਼ਖਸ ਨੇ ਜਾਂ ਉਹ ਅਲੱਗਾ ਪਰ ਮਾਮਲਾ ਇਸ ਤਰ੍ਹਾਂ ਦਾ ਹੈ ਤਾਂ ਇਹਦੇ ਵਿੱਚ ਹੁਣ ਕੀ ਆ ਕਿ ਜੇ ਜ਼ਮਾਨਤ ਇਹਨੇ ਕਰਵਾਉਣੀ ਆ ਤਾਂ ਫਿਰ ਹੁਕਮ ਹੋਇਆ ਕਿ ਉਹਨੂੰ ਇੱਥੇ ਪੇਸ਼ ਹੋਣਾ ਪਊਗਾ ਸੋ ਮੁਸ਼ਕਲਾਂ ਜਿਹੜੀਆਂ ਉਹ ਇਹਦੀਆਂ ਵੱਧ ਰਹੀਆਂ ਨੇ ਤਾਂ ਹੁਣ ਇਹਨੂੰ ਕੋਰਟ ਦੇ ਵਿੱਚ ਪੇਸ਼ ਹੋਣਾ ਪਊਗਾ ਫਿਰ ਹੀ ਉਸ ਤੋਂ ਬਾਅਦ ਜ਼ਮਾਨਤ ਮਿਲੇਗੀ ਜੀ ਜੀ ਅਗਲੀ ਗੱਲ ਕਰਦੇ ਕਹਿੰਦੇ ਕੈਪਟਨ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖੀਆਂ ਚਿੱਠੀਆਂ ਦੇ ਉੱਤੇ ਹੁਣ ਅਕਾਲੀ ਲੈ ਰਹੇ ਨੇ ਚੁਟਕੀਆਂ ਦੇਖੋ ਇਹ ਲਵ ਲੈਟਰ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰੀ ਲਿਖਿਆ ਕਰਦੇ ਸੀ ਉਦੋਂ ਇਹ ਚੁਟਕੀਆਂ ਮਾਰਦੇ ਸੀਗੇ ਹੁਣ ਲਵ ਲੈਟਰ ਲਿਖਣ ਵਾਲੇ ਹੱਥ ਜਿਹੜੇ ਆ ਉਹ ਬਦਲ ਗਏ ਆ ਲਵ ਲੈਟਰ ਤੇ ਉਹੀ ਆ ਮੇਰੇ ਖਿਆਲ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਵਾਲਾ ਪੈਨ ਕਿਤੇ ਲੱਭ ਗਿਆ ਕੈਪਟਨ ਅਮਰਿੰਦਰ ਸਿੰਘ ਨੂੰ ਖੂੰਜੇ ਖਾਂਜੇ ਚੋਂ ਉਹਨੇ ਕੱਢ ਲਿਆ ਝਾੜ ਝੂੜ ਕੇ ਉਹ ਹੁਣ ਦੱਬੀ ਆਉਂਦਾ ਖਾਸ ਦੇ ਤੇਰੇ ਦੇ ਲੈ ਤੇਰੇ ਦੇ ਸੋ ਖਾਸ ਜਿਹੜੇ ਆ ਉਹ ਬੜੇ ਦਿਲਚਸਪ ਖਾਤੇ ਆ ਜਿਹਦੇ ਤੇ ਇਹਨਾਂ ਨੇ ਟਿੱਪਣੀ ਕੀਤੀ ਆ ਵੈਸੇ ਕਹੀਏ ਤੇ ਚੁਟਕੀ ਲਈ ਆ ਅਜੀਤ ਸਿੰਘ ਚੀਮਾ ਹੋਰਾਂ ਨੇ ਉਹ ਕਹਿੰਦੇ ਆ ਕਿ ਇਹ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਲਿਖਦੇ ਪਏ ਆ ਖਤ ਲਿਖਦੇ ਪਏ ਆ ਵਾਰ ਵਾਰ ਤਾਂ ਇਹਨਾਂ ਨੂੰ ਕੀ ਕਰਨਾ ਚਾਹੀਦਾ ਕਿ ਇੱਕ ਚਿੱਠੀ ਜਿਹੜੀ ਆ ਗਵਰਨਰ ਨੂੰ ਲਿਖਣੀ ਚਾਹੀਦੀ ਆ ਔਰ ਚਿੱਠੀ ਹੋਣੀ ਚਾਹੀਦੀ ਆ ਆਪਣੇ ਅਸਤੀਫੇ ਦੀ ਕਿ ਆਹ ਲਓ ਚੱਕੋ ਜੀ ਸਾਡਾ ਅਸਤੀਫਾ ਸਾਥੋਂ ਨੀ ਸਰਕਾਰ ਚੱਲਦੀ ਸੋ ਉਹਨਾਂ ਦੇ ਕਹਿਣ ਦਾ ਭਾਵ ਇਹ ਆ ਕਿ ਆਪਣੇ ਪੱਧਰ ਤੇ ਇਹਨਾਂ ਨੂੰ ਆਪ ਆਪਣੇ ਇੰਤਜ਼ਾਮਾਤ ਕਰਨੇ ਚਾਹੀਦੇ ਆ ਇਹ ਨਿੱਕੀ ਨਿੱਕੀ ਗੱਲ ਤੇ ਉੱਧਰ ਕੇਂਦਰ ਵੱਲ ਝਾਕਣ ਡਿਆ ਕਿਉਂਕਿ ਇਹਨਾਂ ਨੇ ਕੱਲ ਵੈਸੇ ਆਪਣਾ ਭੇਜ ਤੀ ਖੋਲਿਆ ਸੀਗਾ ਕਹਿੰਦੇ ਕਿ ਕੌਮੀ ਪਾਲਿਸੀ ਲੈ ਕੇ ਆਓ ਡਰੱਗ ਦੇ ਮਾਮਲੇ ਚ ਤੇ ਸਾਡੇ ਵਰਗੇ ਤੇ ਬੜੇ ਲੰਬੇ ਸਮੇਂ ਤੋਂ ਪਿੰਡਦੇ ਸੀਗੇ ਕਿ ਭਾਈ ਤੁਹਾਡੇ ਵੱਸ ਦਾ ਇਹ ਰੋਗ ਨਹੀਂ ਹੈ ਤੁਹਾਡੇ ਕੋਲੋਂ ਇਹ ਕਾਲਾ ਨਾਗ ਨਹੀਂ ਕੀਲਿਆ ਜਾਣਾ ਕਿਉਂਕਿ ਨਾ ਤੁਹਾਡੇ ਕੋਲ ਮੰਤਰ ਆ ਨਾ ਤੁਹਾਡੇ ਕੋਲ ਯੰਤਰ ਆ
ਕੁਛ ਨੀ ਹੈਗਾ ਤੁਹਾਡੇ ਕੋਲ, ਤੁਹਾਡਾ ਧਮਧਮਾ ਜਿਹੜਾ ਉਹ ਫੇਲ ਆ। ਤਾਂ ਇਹਨਾਂ ਨੇ ਉਹ ਇੱਕ ਪੱਤਰ ਲਿਖਿਆ ਸੀ ਮੰਗ ਕੀਤੀ ਕਿ ਹਾਂਜੀ ਇੱਕ ਡਰੱਗ ਪਾਲਿਸੀ ਜਿਹੜੀ ਆ ਕੌਮੀ ਲੈਵਲ ਤੇ ਲੈ ਕੇ ਆਉਂਦੀ ਆਵੇ। ਤਾਂ ਦੂਜੇ ਪਾਸੇ ਫੇਰ ਇੱਕ ਚਿੱਠੀ ਲਿਖ ਦਿੱਤੀ ਕਹਿੰਦੇ ਜੀ ਕਿ ਦੇਖੋ ਜੋ ਫਸਲੀ ਬੀਮਾ ਉਹਦੇ ਵਾਸਤੇ ਜਾਂ ਕਰਜ਼ ਰਾਹਤ ਵਾਸਤੇ ਸਾਡੇ ਕੋਲ ਫੰਡ ਨੀ ਹੈਗੇ, ਇਸ ਲਈ ਕੇਂਦਰ ਸਰਕਾਰ ਜਿਹੜੀ ਆ ਉਹ ਪੰਜਾਬ ਦੀ ਬਾਂਹ ਫੜੇ। ਤਾਂ ਇਹ ਜਿਹੜੀਆਂ ਚਿੱਠੀਆਂ ਲਿਖੀਆਂ ਗਈਆਂ ਸੀਗੀਆਂ ਠੀਕ ਆ, ਤਾਂ ਪਰ ਆਪਣੇ ਪੱਧਰ ਤੇ ਲਿਖੀਆਂ ਚਿੱਠੀਆਂ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਰਮ ਵੀ ਦਿੰਦੀਆਂ ਹੋਣੀਆਂ, ਕਿਉਂਕਿ ਜਦੋਂ ਇਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਉਦੋਂ ਵੀ ਝਾਕ ਲੈਣਾ ਚਾਹੀਦਾ ਸੀਗਾ ਅਗਲ ਬਗਲ ਕਿ ਕੀ ਇਹ ਸਭ ਕੁਛ ਕੀਤਾ ਜਾ ਸਕਦਾ ਜਿਹਦੇ ਅਸੀਂ ਵਾਅਦੇ ਕਰੀ ਜਾਂਦੇ ਹਾਂ। ਤਾਂ ਉਦੋਂ ਤੇ ਬੜੇ ਵੱਡੇ ਵੱਡੇ ਵਾਅਦੇ ਕੀਤੇ। ਹੁਣ ਦੇਖੋ ਕਿੱਡੀ ਮੈਂ ਕਹੂੰਗਾ ਕਿ ਪੰਜਾਬ ਸਰਕਾਰ ਵਾਸਤੇ ਨਮੋਸ਼ੀ ਵਾਲੀ ਗੱਲ ਆ ਕਿ ਇੱਕ ਪਾਸੇ ਕਹਿੰਦੇ ਆ ਕਿ ਅਸੀਂ ਨਸ਼ੇ ਦਾ ਲੱਕ ਤੋੜ ਦਿੱਤਾ, ਲੱਕ ਤੋੜ ਕੇ ਦੂਰਾ ਕਰ ਦਿੱਤਾ, ਤੀਰਾ ਕਰ ਦਿੱਤਾ, ਤੇ ਦੂਸਰੇ ਪਾਸੇ ਚਿੱਠੀਆਂ ਲਿਖ ਕੇ ਗੁਹਾਰ ਲਾਉਂਦੇ ਆ ਕਿ ਕੌਮੀ ਪਾਲਿਸੀ ਲੈ ਕੇ ਆਓ। ਤੇ ਕਹਿੰਦਾ ਭਾਵ ਹੈ ਕਿ ਤੁਹਾਡੀ ਪਾਲਿਸੀ ਜਿਹੜੀ ਉਹ ਪਿੱਟ ਗਈ, ਮਤਲਬ ਕਿ ਜੋ ਤੁਸੀਂ ਕਰ ਰਹੇ ਸੀਗੇ ਹੁਣ ਤੱਕ ਉਹ ਸਭ ਕੁਛ ਨਹੀਂ ਫਲ ਗਿਆ। ਤਾਂ ਇੱਕ ਚੀਜ਼ ਜਿਹੜੀ ਆ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਇੱਕ ਵਾਰੀ ਆ ਕਿ ਸਾਡੇ ਕੋਲ ਹੁਣ ਕੁਛ ਨਹੀਂ ਹੁੰਦਾ। ਦੂਜੀ ਗੱਲ ਇਹ ਆ ਕਿ ਕਿਸਾਨ ਕਰਜ਼ ਰਾਹਤ ਦੇ ਮਾਮਲੇ ਦੇ ਵਿੱਚ ਦੇਖੋ ਕੇਂਦਰ ਸਰਕਾਰ ਨੇ ਕੌਮੀ ਪੱਧਰ ਤੇ ਕਿਸਾਨਾਂ ਨੂੰ ਕੋਈ ਇਸ ਤਰ੍ਹਾਂ ਦੀ ਰਾਹਤ ਨਹੀਂ ਦਿੱਤੀ, ਉਹ ਤੁਹਾਨੂੰ ਕਿਉਂ ਦੇਣਗੇ? ਔਰ ਜਿਹੜਾ ਤੁਸੀਂ ਵਾਅਦਾ ਕੀਤਾ ਸੀਗਾ ਕੀ ਗੱਲ, ਉਦੋਂ ਨਰਿੰਦਰ ਮੋਦੀ ਨੂੰ ਟੈਲੀਫੋਨ ਕਰਕੇ ਪੁੱਛਿਆ ਨੀ ਤੁਸੀਂ ਕਿ ਅਸੀਂ ਭਾਈਆ ਕਰਨਾ? ਤੋ ਪੈਕੇਜ ਮੰਗਣਾ ਤਾਂ ਠੀਕ ਹੈ, ਉਹ ਤੁਹਾਡਾ ਹੱਕ ਬਣਦਾ, ਪਰ ਉਹ ਤੁਹਾਨੂੰ ਇਸ ਮਾਮਲੇ ਚ ਕਿਉਂ ਰਾਹਤ ਦੇਣਗੇ? ਕਿਉਂਕਿ ਮੁੜ ਕੇ ਸਿਆਸਤ ਤੇ ਤੁਸੀਂ ਚਮਕਾ ਲੈਣੀ ਹੈ, ਅਖਲੇ ਪੱਧਰ ਤੇ ਸਾਰਾ ਕੁਛ ਅਸੀਂ ਕਰ ਦਿੱਤਾ। ਜੀ 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 ਅਗਲੀ ਜਿਹੜੀ ਗੱਲ ਕਰੀਏ ਮਿੰਟੂ ਜੀ, ਹਿਰਾਸਤੀ ਮੌਤ ਦਾ ਹੀ ਮਾਮਲਾ, ਰੋਸ ਮੁਜ਼ਾਹਰਾ ਰੋਕਣ ਦੇ ਲਈ ਪ੍ਰਸ਼ਾਸਨ ਹੁਣ ਸਰਗਰਮ। ਹਾਂ ਦੇਖੋ, ਇਹਨਾਂ ਨੇ ਕੱਲ ਐਲਾਨਿਆ ਹੋਇਆ ਜੋ ਕਿਸਾਨ ਜਥੇਬੰਦੀਆਂ ਜਾਂ ਕੁਛ ਹੋਰ ਇਨਸਾਫ਼ ਪਸੰਦ ਧਿਰਾਂ ਨੇ ਉੱਥੇ ਬੈਠੀਆਂ, ਇਹਨਾਂ ਨੇ 21 ਕਿਲੋ ਦਾ ਕੱਲ ਨੂੰ ਘਰਾਓ ਕਰਨਾ ਉਹਦੇ ਘਰ ਦਾ, ਤੇ ਉਸ ਤੋਂ ਪਹਿਲਾਂ ਇਹਨਾਂ ਨੇ ਅਗਾਊ ਪ੍ਰਬੰਧ ਜਿਹੜੇ ਆ ਉਹ ਸ਼ੁਰੂ ਕਰ ਦਿੱਤੇ ਆ। ਤੇ ਇਹਦੇ ਵਿੱਚ ਇੱਕ ਤੇ ਇਹ ਕੀਤਾ ਗਿਆ ਕਿ ਨਾਲ ਕੁਛ ਸਮਾਗਮ ਰੱਖ ਦਿੱਤੇ ਗਏ, ਜਿੱਦਾਂ ਪਿੰਡ ਆ ਉੱਥੇ ਬਹੁਤ ਵੱਡਾ ਦੀਪ ਸਿੰਘ ਵਾਲਾ, ਉੱਥੇ ਨੀਲੇ ਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ ਆ, ਜਦਕਿ ਪੰਜਾਬ ਸਰਕਾਰ ਨੇ ਨੀਲੇ ਕਾਰਡ ਬਣਾਉਣ ਤੇ ਆਰਜ਼ੀ ਤੌਰ ਤੇ ਪਾਬੰਦੀ ਲਾਈ ਹੋਈ ਆ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਵਾਤਾਵਰਨ ਸੰਬੰਧੀ ਇੱਕ ਜ਼ਿਲ੍ਹਾ ਪੱਧਰੀ ਸਮਾਗਮ ਰੱਖ ਦਿੱਤਾ ਗਿਆ, ਤੇ ਜਿਹਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਾਉਣ ਵਾਸਤੇ ਯਤਨ ਜਿਹੜੇ ਉਹ ਤੇਜ਼ ਕਰ ਦਿੱਤੇ ਗਏ। ਫਿਰ ਨਾਲ ਹੀ ਦੱਸਦੇ ਆ ਕਿ ਫਰੀਦਕੋਟ ਦੇ ਪਿੰਡ ਆ ਜਿਹੜੇ ਨਾਲ ਲੱਗਵੇਂ, ਜਿੱਦਾਂ ਗੋਲੇ ਵਾਲਾ, ਨੱਥਲ ਵਾਲਾ, ਫਿਰ ਸੰਗਰਾ ਹੋਰ ਜਿੱਥੇ ਉਹਦੇ ਮੁੰਡੇ ਦੇ ਨਾਨਕੇ ਸੀਗੇ, ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਜ਼ਿਆਦੀ ਤੌਰ ਤੇ ਲੋਕਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਜਾਂ ਦਬਾਅ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਕਿ ਤੁਸੀਂ ਇਸ ਧਰਨੇ 'ਚ ਸ਼ਾਮਲ ਨਾ ਹੋਵੋ। ਤਾਂ ਕਹਿਣ ਦਾ ਭਾਵ ਇਹ ਆ ਕਿ ਪ੍ਰਸ਼ਾਸਨ ਜਿਹੜਾ ਉਹ ਇਸ ਘਰਾਓ ਨੂੰ ਅਸਫਲ ਕਰਨ ਵਾਸਤੇ ਪੱਬਾਂ ਦੇ ਭਾਰ ਪਿਆ ਬੈਠਾ, ਤੇ ਇਹ ਹੁਣ ਦੇਖਣਾ ਹੋਊਗਾ ਕਿ ਕੱਲ ਜਦੋਂ ਇਕੱਠ ਹੋਏਗਾ ਘਰਾਓ ਵਾਸਤੇ। ਇੱਕ ਤੇ ਇਹ ਵੇਖਣਾ ਦਿਲਚਸਪ ਹੋਊਗਾ ਕਿ ਲੱਖਾ ਸਿਧਾਣਾ ਅਲੱਗ ਹੋ ਗਿਆ, ਲਹਿਦਾ ਹੋ ਗਿਆ, ਤਾਂ ਉਸ ਤੋਂ ਬਾਅਦ ਇਕੱਠ ਕਿੰਨਾ ਕੁ ਹੁੰਦਾ ਤੇ ਕੀ ਲੱਖਾ ਸਿਧਾਣਾ ਜਿਹੜਾ ਉਹ ਫਿਰ ਸ਼ਾਮਲ ਹੁੰਦਾ ਜਾਂ ਨਹੀਂ ਹੁੰਦਾ। ਦੂਜੀ ਚੀਜ਼ ਵੇਖਣ ਵਾਲੀ ਇਹ ਹੋਊਗੀ ਕਿ ਕੀ ਜ਼ਬਰਦਸਤੀ ਕੀਤੀ ਜਾਂਦੀ ਹੈ, ਜਿਹੜੇ ਵੀ ਉੱਥੇ ਪਹੁੰਚਣਗੇ ਇਨਸਾਫ਼ ਪਸੰਦ ਲੋਕ ਉੱਥੇ ਪਹੁੰਚਣਗੇ ਵਹੀਰਾ ਕੱਟ ਕੇ, ਕੀ ਉਹਨਾਂ ਨੂੰ ਰੋਕਿਆ ਜਾਂਦਾ ਜਾਂ ਗ੍ਰਿਫਤਾਰੀਆਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ? ਇਹ ਹੁਣ ਚੀਜ਼ ਜਿਹੜੀ ਆ ਦੇਖਣੀ ਦਿਲਚਸਪ ਰਹੂਗੀ। ਉੱਦਾਂ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਪ੍ਰੋਗਰੈਸ ਕੋਈ ਨੀ ਹੈਗੀ, ਨਾ ਤਾਂ ਲਾਸ਼ ਮਿਲੀ ਆ, ਨਾ ਜਿੱਦਾਂ ਮੈਂ ਕੱਲ ਸਵਾਲ ਚੁੱਕੇ ਸੀਗੇ ਕਿ ਫੋਨ ਕਿੱਥੇ ਆ, ਉਹ ਚਾਦਰ ਕਿੱਥੇ ਆ ਜਿਹਦੇ ਨਾਲ ਉਹਨੇ ਪਾ ਲਿਆ, ਨਾ ਹੀ ਉਹਨਾਂ ਚੀਜ਼ਾਂ ਬਾਰੇ ਹਾਲੇ ਤੱਕ ਸਰਕਾਰ ਕੋਲੇ ਜਾਂ ਪੰਜਾਬ ਪੁਲਿਸ ਕੋਲੇ ਕੋਈ ਪੁਖਤਾ ਸਫਾਈ ਹੈ। ਤਾਂ ਕੁੱਲ ਮਿਲਾ ਕੇ ਮਾਮਲਾ ਉੱਥੇ ਦਾ ਉੱਥੇ ਖਲੋਤਾ, ਹੁਣ ਘਰਾਓ ਹੋਊਗਾ ਕੱਲ ਨੂੰ, ਸ਼ਾਇਦ ਕੋਈ ਗੱਲ ਅੱਗੇ ਤੁਰੇ, ਪਰ ਇਸ ਘਰਾਓ ਤੇ ਨਜ਼ਰ ਬਣੀ ਰਹੂਗੀ ਕਿ ਕੀ ਇਹ ਘਰਾਓ ਜਿਹੜਾ ਉਹ ਸਫਲ ਹੁੰਦਾ ਜਾਂ ਅਸਫਲ ਕਰਾਰ ਦੇ ਦਿੱਤਾ ਜਾਂਦਾ। ਜੀ 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 ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਫਿਰੋਜ਼ਪੁਰ ਦੇ ਡੀਸੀ ਨੇ ਵਾਤਾਵਰਣ ਨੂੰ ਬਚਾਉਣ ਲਈ ਕੀਤੀ ਆ ਨਵੇਕਲੀ ਪਹਿਲ। ਆਪਾਂ ਇਹ ਦੇਖ ਰਹੇ ਹਾਂ ਵੀ ਅੱਜ ਕੱਲ੍ਹ ਪੰਜਾਬ ਦੇ ਵਿੱਚ ਖਾਸ ਕਰਕੇ ਰੁੱਖਾਂ ਨੂੰ ਲੈ ਕੇ ਜਿਹੜਾ ਗੰਦਲਾ ਪਾਣੀ ਉਸ ਨੂੰ ਲੈ ਕੇ ਕਾਫੀ ਮੁਹਿੰਮਾਂ ਜਿਹੀਆਂ ਜਿਹੜੀਆਂ ਚੱਲ ਰਹੀਆਂ ਨੇ। ਹਾਂ ਦੇਖੋ, ਚੱਲ ਰਹੀਆਂ ਨੇ, ਜਦੋਂ ਸੇਕ ਲੱਗਦਾ ਉਹ ਕਹਿੰਦੇ ਹੁੰਦੇ ਆ ਨਾ ਕਿ ਪਾਲੇ ਚ ਗੋਡੇ ਜਿਹੜੇ ਉਹ ਢਿੱਡ ਨੂੰ ਆਉਂਦੇ ਆ, ਜਦੋਂ ਕੋਈ ਸੰਗੀ ਕੁੱਟੇ ਤੇ ਆਨੇ ਤਾਂ ਹੀ ਬਾਹਰ ਨੂੰ ਆਉਂਦੇ ਆ, ਜਦੋਂ ਬੰਦਾ ਦੁਖੀ ਹੁੰਦਾ ਉਦੋਂ ਹੀ ਕਰਲਾਉਂਦਾ। ਗਰਮੀ ਆਉਂਦੀ ਆ ਉਦੋਂ ਫਿਰ ਸਾਰਾ ਪੰਜਾਬ ਹੈ ਜਿਹੜਾ ਉਹ ਚੰਗਿਆੜਾ ਮਾਰਦਾ। ਗਰਮੀ ਇੰਨੀ ਆ, ਤਪਸ਼ ਇੰਨੀ ਆ ਕਿ ਸੱਚ ਜਾਣੇ ਉਹ ਜਿੱਦਾਂ ਤਾਂ ਨਿਕਲਦੇ ਆ ਨਾ ਬੰਦੇ ਦੇ, ਇਹ ਹਾਲ ਬਣਿਆ ਪਿਆ।
ਵੈਸੇ ਵੀ ਕਈ ਵਾਰ ਏਦਾਂ ਹੁੰਦਾ ਕਿ ਜਿਵੇਂ ਜਿਵੇਂ ਆਪਾਂ ਟੈਕਨੋਲੋਜੀ ਦੇ ਸਹਾਰੇ ਅੱਗੇ ਵੱਧਦੇ ਹਾਂ, ਜਿਹੜੇ ਸੁੱਖ ਦਾ ਇੱਕ ਯੰਤਰ ਹੁੰਦੇ ਉਹਨਾਂ ਦਾ ਇਸਤੇਮਾਲ ਜ਼ਿਆਦਾ ਕਰਦੇ ਹਾਂ, ਬੋਡੀ ਵੀ ਕੁਛ ਉਸ ਤਰ੍ਹਾਂ ਦੀ ਹੋ ਜਾਂਦੀ ਹੈ। ਕੁਛ ਗਲੋਬਲ ਵਾਰਮਿੰਗ ਕਰਕੇ ਗਰਮੀ ਹੈ ਜਿਹੜੀ ਉਹ ਵੱਧਦੀ ਜੀ ਬਹੁਤ ਜ਼ਿਆਦਾ ਪਈ ਆ। ਮੈਂ ਤੇ ਕਦੇ ਕਦੇ ਸੋਚਦਾ ਵਾਂ ਕਿ ਅਸੀਂ ਪਾਣੀ ਪਾਣੀ ਨੂੰ ਰੋਂਦੇ ਹਾਂ, ਜੇ ਆਹ ਹਾਲ ਰਿਹਾ ਤੇ ਸਰਦੀਆਂ ਹੀ ਇੱਥੇ ਖਤਮ ਹੋ ਜਾਣੀਆਂ ਤੇ ਗਰਮੀ ਦੇ ਵਿੱਚ ਤੇ ਇੱਥੇ ਰਹਿਣ ਜੋਗਾ ਮੌਸਮ ਹੀ ਨਹੀਂ ਬਚਣਾ ਜਿਹੜਾ ਹਾਲ ਆ, ਕਿਉਂਕਿ ਏਸੀ ਤੋਂ ਬਾਹਰ ਨਿਕਲੋਗੇ ਤੁਸੀਂ ਤਾਂ ਜਾਨ ਨਿਕਲਦੀ ਆ, ਇਹੋ ਜਿਹਾ ਹਾਲ ਬਣਿਆ ਪਿਆ। ਰੁੱਖਾਂ ਦੀ ਕਟਾਈ ਨੇ ਮੰਦਾ ਹਾਲ ਕਰ ਛੱਡਿਆ ਪੰਜਾਬ ਦਾ। ਤਾਂ ਹੁਣ ਇਹ ਜਿਹੜਾ ਡਿਪਟੀ ਕਮਿਸ਼ਨਰ ਹੈ ਚੰਦਰ ਗੈਂਦ, ਇਹਨੇ ਇੱਕ ਚੰਗੀ ਪਿਰਤ ਪਾਈ ਆ, ਤਾਂ ਜਿਹੜੇ ਡੀਸੀ ਸਾਹਿਬ ਆ ਇਹਨਾਂ ਨੇ ਕੰਮ ਕੀ ਕੀਤਾ ਵਾ ਕਿ ਜੇ ਕੋਈ ਅਸਲਾ ਲਾਇਸੈਂਸ ਬਣਾਉਣ ਦਾ ਚਾਹ ਬਣੇ ਇਹਨਾਂ ਦੇ ਕੋਲ ਅਰਜ਼ੀ ਲੈ ਕੇ ਆਉਂਦਾ, ਇਹ ਕਹਿੰਦੇ ਆ ਕਿ ਭਾਈ ਸਾਹਿਬ ਸਿੱਧਾ ਸਾਧਾ ਫੰਡਾ ਆ ਕਿ 10 ਪੌਦੇ ਲਾਓ, 10 ਪੌਦਿਆਂ ਦੀ ਫੋਟੋ ਪਹਿਲਾਂ ਉਹ ਲੈ ਕੇ ਆਓ, ਤੇ ਉਸ ਤੋਂ ਬਾਅਦ ਇਹ ਨਹੀਂ ਆ ਕਿ ਤੁਹਾਡੀ ਜਾਨ ਛੁੱਟ ਜਾਣੀ ਆ। ਜੇ ਅਸਲੇ ਦਾ ਲਾਇਸੈਂਸ ਬਣਵਾਉਣਾ ਤਾਂ ਮਹੀਨੇ ਬਾਅਦ ਫਿਰ ਉਹਨਾਂ ਬੂਟਿਆਂ ਦੀ ਫੋਟੋ ਲੈ ਕੇ ਆਓ ਕਿ ਬੂਟਿਆਂ ਦੀ ਦੇਖਭਾਲ ਕੀਤੀ ਹੈ ਜਾਂ ਨਹੀਂ ਕੀਤੀ। ਸੋ ਇਹਨਾਂ ਨੇ ਇਹ ਜਿਹੜੀ ਪਹਿਲਕਦਮੀ ਕੀਤੀ ਆ ਉਹਦਾ ਨਤੀਜਾ ਕਹਿੰਦੇ ਆ ਕਿ ਅੱਛਾ ਅਸੀਂ ਲਵਾਂਗੇ, ਕਿਉਂਕਿ ਸਾਡੇ ਕੋਲ ਹਰੇਕ ਮਹੀਨੇ ਕਰੀਬ 100 ਆਉਂਦੀਆਂ ਅਰਜ਼ੀਆਂ, ਇਹ 100 ਅਰਜ਼ੀਆਂ ਦੇ ਹਿਸਾਬ ਨਾਲ ਅਸੀਂ 10 ਬੂਟੇ ਜੇ ਇੱਕ ਤੋਂ ਲਵਾਈਏ ਤੇ 1000 ਬੂਟਾ ਜਿਹੜਾ ਬਣ ਜਾਣਾ, ਇਹਦਾ ਮਤਲਬ ਹੈ ਕਿ 20 ਕੁ ਮਹੀਨਿਆਂ ਚ ਅਸੀਂ 20,000 ਬੂਟਾ ਜਿਹੜਾ ਲਾ ਸਕਦੇ ਹਾਂ। ਤਾਂ ਇਸ ਡੀਸੀ ਦੀ ਜਿਹੜੀ ਇਹ ਨਵੇਕਲੀ ਪਹਿਲਕਦਮੀ ਆ ਉਹਦਾ ਸਾਰੇ ਪਾਸੇ ਸਵਾਗਤ ਕੀਤਾ ਜਾ ਰਿਹਾ, ਪਰ ਮੇਰੇ ਖਿਆਲ ਦੇ ਨਾਲ ਜੇ ਇਸ ਤਰ੍ਹਾਂ ਹੀ ਕਰਵਾਉਣਾ ਹੋਵੇ ਤਾਂ ਸਾਡੀਆਂ ਚ ਮੋਟਰਾਂ ਲੱਗੀਆਂ ਜਿਹੜੀਆਂ ਉੱਥੇ ਫ੍ਰੀ ਸਬਸਿਡੀ ਦੇ ਨਾਲ ਚੱਲਦੀਆਂ ਨੇ, ਤਾਂ ਇਹ ਵੀ ਵੇਖੋ ਕਿ ਕਈ ਗੰਜੀਆਂ ਰੋਟੀਆਂ ਕਈਆਂ ਨੇ ਤੇ ਬਹੁਤ ਪੌਦੇ ਲਾ ਰੱਖੇ ਆ, ਇਹਨਾਂ ਨੂੰ ਕਹਿ ਦੇਣ ਕਿ ਮੁਫ਼ਤ ਜੀ ਤੁਸੀਂ ਬਿਜਲੀ ਚੋਂ ਸਬਸਿਡੀ ਲੈਣ ਡਏ ਹੋ ਤੇ ਘੱਟੋ ਘੱਟ 1 ਮੋਟਰ ਤੇ 5 ਰੁੱਖ ਲਾਉਣੇ ਜ਼ਰੂਰੀ ਆ। ਤੇ ਇੱਥੇ ਤਾਂ ਕੀ ਆ ਕਿ ਇਹ ਚੰਗੀ ਸਿੱਧੀ ਫਾਟ ਬਣਾਉਣ ਵਾਸਤੇ ਜਿਹੜੇ ਕੋਈ 2-4 ਰੁੱਖ ਹੁੰਦੇ ਵੀ ਆ ਕਿਸਾਨਾਂ ਦੇ ਕੋਲ, ਉਹ ਵੀ ਛਾਂਗ ਦਿੰਦੇ, ਉਹ ਵੀ ਵੱਢ ਦਿੰਦੇ ਆ। ਇੱਥੋਂ ਤੱਕ ਮੈਨੂੰ ਕੱਲ ਇੱਕ ਮੁੰਡੇ ਨੇ ਟੈਲੀਫੋਨ ਕੀਤਾ, ਬੜੀ ਦਿਲਚਸਪ ਗੱਲ ਹੈ, ਜੇ ਤੁਹਾਡੇ ਕੋਲ 1 ਮਿੰਟ ਦਾ ਸਮਾਂ ਹੋਵੇ ਤੇ ਮੈਂ ਗੱਲ ਪੂਰੀ ਕਰ ਦੇਵਾਂ। ਉਹਨੇ ਦੱਸਿਆ ਕਿ ਮੇਰਾ ਪਿੰਡ ਹੈ ਜਿਹੜਾ ਉਹ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਆ, ਉਹ ਕਹਿੰਦਾ ਕਿ ਸਾਡੇ ਪਿੰਡ ਇੱਕ ਬੰਦਾ ਜਿਹੜਾ ਸੈਂਕੜੇ ਕਿੱਲੇ ਜ਼ਮੀਨ ਠੇਕੇ ਤੇ ਲੈਂਦਾ, ਪੜ੍ਹਿਆ ਲਿਖਿਆ ਬੰਦਾ ਸੂਝਵਾਨ ਆ, ਔਰ ਉਹ ਜਿੱਦ ਕੇ ਮਿੱਟ ਕੇ ਰੁੱਖ ਪੱਟਦਾ, ਮਤਲਬ ਕਿ ਉਹਦੀ ਪੈਲੀ ਵੀ ਠੇਕੇ ਤੇ ਲੈਂਦਾ ਜਿਹੜਾ ਬੰਦਾ ਰੁੱਖ ਨਹੀਂ ਪਟਾਉਂਦਾ, ਤੇ ਮੁੜ ਕੇ ਰੁੱਖ ਪੱਟ ਕੇ ਕਹਿੰਦਾ ਕਿ ਮੈਂ ਇੰਨੇ ਰੁੱਖ ਪੱਟ ਦਿੱਤੇ ਆ। ਸੋ ਹਿਸਾਬ ਲਾ ਲਓ ਕਿ ਸਾਡੀ ਮਾਨਸਿਕਤਾ ਕਿਸ ਤਰ੍ਹਾਂ ਦੀ ਆ। ਜਿਸ ਕਿਸਾਨ ਨੂੰ ਕੁਦਰਤ ਸਭ ਤੋਂ ਜ਼ਿਆਦਾ ਦਿੰਦੀ ਆ, ਉਸੇ ਕੁਦਰਤ ਦਾ ਸਭ ਤੋਂ ਜ਼ਿਆਦਾ ਨੁਕਸਾਨ ਕਿਸਾਨ ਹੀ ਕਰੀ ਜਾਂਦਾ। ਇਹ ਗੱਲ ਹੁਣ ਕਈਆਂ ਨੂੰ ਚੁੱਭ ਜਾਣੀ ਆ, ਪਰ ਗੱਲ ਇਹ ਆ ਕਿ ਦੇਖ ਲਓ ਤੁਸੀਂ ਕੁਦਰਤ ਦਾ ਨੁਕਸਾਨ ਕਿੰਨਾ ਹੁੰਦਾ ਕਿ ਜੇ ਕੋਈ ਰੁੱਖ ਕਿੱਲੇ ਦੇ ਵਿੱਚ ਖਲੋਤਾ ਕਹਿੰਦੇ ਫਸਲ ਦਾ ਬੜਾ ਨੁਕਸਾਨ ਕਰਦਾ, ਝਟਕਾ ਦਿਓ ਇਹਨੂੰ। ਸੋ ਕਹਿਣ ਦਾ ਭਾਵ ਇਹ ਕਿ ਜੇ ਡੀਸੀ ਸਾਹਿਬ ਇਸ ਤਰ੍ਹਾਂ ਇੱਕ ਨਵੇਕਲੀ ਪਹਿਲਕਦਮੀ ਕਰ ਸਕਦੇ ਆ ਤੇ ਜਿਹੜੇ ਮੁਫ਼ਤ ਦੀ ਬਿਜਲੀ ਬਾਲਦੇ ਆ, ਕੁਦਰਤ ਦਾ ਵਾਸਤਾ ਦੇ ਕੇ ਉਹਨਾਂ ਤੋਂ ਵੀ ਰੁੱਖ ਲਵਾਏ ਜਾ ਸਕਦੇ ਆ, ਇਸ ਤਰ੍ਹਾਂ ਬਹੁਤ ਕੁਛ ਕੀਤਾ ਜਾ ਸਕਦਾ। ਰੌਲਾ ਇਹ ਆ ਕਿ ਜ਼ਬਰਦਸਤੀ ਕਿੰਨਾ ਕੁ ਕਰਾ ਲਓਗੇ। ਇਹ ਤੇ ਜਿਹੜਾ ਉਹ ਸਰਤਾਜ ਨੇ ਗਾਣਾ ਗਾਇਆ ਸੀਗਾ ਨਾ, ਜੇ ਨਾ ਰਹੀ ਹਰਿਆਲੀ ਤੇ ਕੀ ਕਰੋਗੇ ਦਰਖਤਾਂ ਨੂੰ, ਆਲੇ ਵਾਲੇ ਆ ਭਾਈ ਆਵੇ ਨਾ ਚੀਰ ਦਰਖਤਾਂ ਨੂੰ। ਜਦੋਂ ਤੱਕ ਇਹ ਅਸੀਂ ਪਰਸੈਪਸ਼ਨ ਜਿਹੜੀ ਆ ਉਹ ਲੋਕਾਂ ਦੇ ਮਨਾਂ ਚ ਘਰਦੇ ਨਹੀਂ ਆ, ਉਦੋਂ ਤੱਕ ਗੱਲ ਸ਼ਾਇਦ ਨਹੀਂ ਬਣੋ। ਜੀ ਜੀ, ਅਗਲੀ ਮਿੰਟੋ ਜੀ ਜੇ ਗੱਲ ਕਰ ਲਈਏ ਕਾਂਗਰਸ ਦੀਆਂ ਸਰਕਾਰਾਂ ਨੂੰ ਲੈ ਕੇ, ਖਾਸ ਕਰਕੇ ਜਿਹੜੀ ਰਾਜਸਥਾਨ ਦੀ, ਕਹਿੰਦੇ ਗਹਿਲੋਟ ਨੂੰ ਲਾਉਣ ਦੀ ਮੰਗ ਜਿਹੜੀ ਉੱਥੇ ਚੱਲ ਰਹੀ ਆ ਵੀ ਉਹਨੂੰ ਲਾ ਦਿਓ ਭਾਈ, ਤੇ ਮੈਨੂੰ ਲੱਗਦਾ ਭਾਜਪਾ ਨੂੰ ਕੁਛ ਕਰਨਾ ਨਹੀਂ ਪੈਣਾ, ਆਪ ਹੀ ਸਰਕਾਰ ਡੇਗ ਲੈਣੀ ਆ। ਨਹੀਂ ਦੇਖੋ, ਇਹਨਾਂ ਦਾ ਤਾਂ ਪੰਗਾ ਪਹਿਲਾਂ ਹੀ ਪੈ ਗਿਆ ਸੀਗਾ, ਜਿਹੜਾ ਪਾਇਲਟ ਦਾ ਮੁੰਡਾ ਉੱਥੇ ਕੰਮ ਕਰਦਾ ਜੀ, ਦੇਸ਼ ਪਾਇਲਟ ਇਹਨਾਂ ਦਾ ਬਹੁਤ ਵੱਡਾ ਆਗੂ ਸੀ, ਹੁਣ ਉਹਦਾ ਮੁੰਡਾ ਅੱਗੇ ਲਾਇਆ ਇਹਨਾਂ ਨੇ, ਸਚਿਨ ਉਹਦਾ ਨਾਮ ਹੈ ਸ਼ਾਇਦ। ਇਹਨਾਂ ਦਾ ਪੇਚਾ ਪੈ ਗਿਆ ਸੀਗਾ ਜਦੋਂ ਰਾਜਸਥਾਨ ਚ ਜਿੱਤੇ ਨੇ, ਮਤਾ ਇਹਨਾਂ ਨੇ ਸਰਕਾਰ ਬਣਾਈ, ਉਦੋਂ ਮੁੱਖ ਮੰਤਰੀ ਬਣਾਉਣ ਨੂੰ ਲੈ ਕੇ ਇਹ ਦੋਵੇਂ ਧੜੇ ਜਿਹੜੇ ਉਹ ਤੇ ਯੂਥ ਪਲਾਉਣ ਤੱਕ ਚਲੇ ਗਏ ਸੀਗੇ, ਫਿਰ ਇਹਨਾਂ ਨੂੰ ਪ੍ਰਿਯੰਕਾ ਗਾਂਧੀ ਦੇ ਵਿੱਚ ਪੈ ਕੇ ਤੇ ਨਜਿੱਠ ਦਿੱਤਾ ਸੀਗਾ। ਹੁਣ ਰੌਲਾ ਕੀ ਪੈ ਗਿਆ ਕਿ ਅਸ਼ੋਕ ਗਹਿਲੋਤ ਦਾ ਮੁੰਡਾ ਉੱਥੇ ਹਾਰ ਗਿਆ ਸੀਗਾ, ਉਹਨੇ ਸਿੱਧੇ ਤੌਰ ਤੇ ਪਾਇਲਟ ਧੜੇ ਤੇ ਦੋਸ਼ ਲਾਇਆ ਕਿ ਸਾਡੇ ਮੁੰਡੇ ਨੂੰ ਹਰਾਉਣ ਵਾਸਤੇ ਜ਼ਿੰਮੇਵਾਰ ਆ। ਗਾਣਾ ਸੀ ਨਾ ਮੇਜਰ ਰਾਜਕਾਲੀ ਦਾ, ਜ਼ਿੰਮੇਵਾਰ ਤੂੰ ਵੈਰ ਨੇ, ਤਾਂ ਉੱਥੇ ਕਹਿੰਦੇ ਕਿ ਜ਼ਿੰਮੇਵਾਰ ਤੁਸੀਂ ਹੋ। ਤਾਂ ਇਸ ਤੋਂ ਫਿਰ ਇਹਨਾਂ ਦਾ ਰੇੜਕਾ ਪੈ ਗਿਆ, ਤਾਂ ਇਸ ਰੇੜਕੇ ਦਾ ਫਾਇਦਾ ਮੰਨ ਲਓ, ਜੇ ਥੋੜਾ ਜਿਹਾ ਰੇੜਕਾ ਹੋਰ ਵੱਧਦਾ, ਇਹਨਾਂ ਦੀ ਦਰਾਰ ਥੋੜੀ ਜਿਹੀ ਹੋਰ ਵੱਧਦੀ ਆ, ਭਾਰਤੀ ਜਨਤਾ ਪਾਰਟੀ ਤਿਆਰ ਬੈਠੀ ਆ, ਤਾਂ ਉਹ ਬਸ ਨਾਲ ਦੀ ਨਾਲ ਹੀ ਚੁੱਕ ਲੈਣਗੇ ਕੰਮ ਨੂੰ, ਜਦੋਂ ਵੀ ਥੋੜਾ ਜਿਹਾ ਇਹਨਾਂ ਦਾ ਦਾਅ ਲੱਗਿਆ। ਤਾਂ ਇਹਨਾਂ ਨੂੰ ਇਹ ਕੰਮ ਹੈ ਜਿਹੜਾ ਉਹ ਸੰਕੋਚ ਕੇ ਸੋਚ ਕੇ ਕਰਨਾ ਪਊਗਾ ਕਿ ਅਸੀਂ ਅੱਗੇ ਕਿਵੇਂ ਤੁਰਨਾ,
ਜੇ ਮਾੜੇ ਜਿਹੇ ਲੜਖੜਾਏ ਨਾ ਉਹ ਨਾਲ ਦੀ ਨਾਲ ਟਿੱਬੀ ਮਾਰ ਕੇ ਇਹਨਾਂ ਨੂੰ ਸੁੱਟ ਦੇਣਗੇ ਪੂਰੀ ਤਰ੍ਹਾਂ, ਔਰ ਥੱਲੇ ਸੁੱਟਣਗੇ ਰਾਜਸਥਾਨ ਦੇ ਰੇਤੇ ਦਾ ਤੁਹਾਨੂੰ ਪਤਾ ਕੱਕਾ ਕੱਕਾ ਰੇਤਾ, ਤਾਰਾ ਮੂੰਹ ਲਵੇੜ ਕੇ ਰੱਖ ਦੋ। ਜੀ 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 ਬਹੁਤ ਬਹੁਤ ਮਿੰਟੂ ਜੀ ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ ਪਿਆਰ ਭਰੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਜੀ। ਅਤੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ 'ਤੇ ਨਜ਼ਰ ਹੁਣ ਸਮਾਪਤ ਆ, ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ 699 ਪਰ ਸਕੁਆਇਰ ਫੀਟ, ਬੈਨਰ ਵਿਦ ਸਟੈਂਡ ਸਿਰਫ